जालंधर के पठानकोट रोड स्थित कपूर अस्पताल की चाइल्ड स्पेशलिस्ट डॉक्टर पूजा कपूर ने बताया कि कोरोना महामारी के दौरान गर्भवती महिलाओं को डरने की जरूरत नहीं है, लेकिन उन्हें कुछ सुविधाएं जरूर रखनी चाहिए। उन्होंने कहा कि कोरोना पॉजिटिव महिला अपने नवजन्मे बच्चे को अपना दूध जरूर पिलाए, क्योंकि मेडिकल साइंस में ये साबित हो चुका है कि माँ के दूध से कोरोना संक्रमण नहीं होता और माँ का दूध बच्चे के लिए बीमारियों से लड़ने के लिए काफी सिद्ध होता है। वहीं इस दौरान उन्होंने कहा कि गर्भवती महिलाएं कुछ सावधानियां अपनाकर कोरोना संक्रमण से बच सकती हैं। जालंधर से हलचल के लिए सुरेंद्र बाबा की रिपोर्ट। नमस्कार जी, मैं डॉक्टर पूजा कपूर, बच्चे आदि स्पेशलिस्ट डॉक्टर, कपूर हॉस्पिटल पठानकोट बाईपास चौंक जलंधर तो ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ। ਜਿੱਦਾਂ ਤੁਸੀਂ ਸਾਰੇ ਜਾਣਦੇ ਆ ਕਿ ਕਰੋਨਾ ਨੇ ਇੱਕ ਵਿਕਰਾਲ ਰੂਪ ਲੈ ਲਿਆ ਹੈਗਾ ਤੇ ਕਰੋਨਾ ਨੇ ਗਰਭਵਤੀ ਮਹਿਲਾਵਾਂ ਨੂੰ ਵੀ ਆਪਣੀ ਲਪੇਟੇ ਵਿੱਚ ਲੈ ਲਿਆ ਹੈਗਾ। ਲੇਕਿਨ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈਗੀ, ਪ੍ਰੋਪਰ ਇਲਾਜ ਨਾਲ ਗਰਭਵਤੀ ਮਹਿਲਾਵਾਂ ਵੀ ਠੀਕ ਹੋ ਸਕਦੀਆਂ ਨੇ। ਤੇ ਜਿਹੜੀਆਂ ਮਾਵਾਂ ਨੇ ਆਪਣੇ ਨਵੇਂ ਜਨਮੇ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਜੇਕਰ ਪਤਾ ਚੱਲਦਾ ਹੈ ਕਿ ਮਾਂ ਨੂੰ ਕਰੋਨਾ ਪੋਜ਼ਿਟਿਵ ਹੈਗੀ ਹੈ, ਕਰੋਨਾ ਦੀ ਪ੍ਰੋਬਲਮ ਹੈਗੀ ਹੈ, ਤਾਂ ਵੀ ਡਰਨ ਵਾਲੀ ਕੋਈ ਗੱਲ ਨਹੀਂ, ਆਪਣੇ ਕੋਲ ਸਾਰਾ ਇਲਾਜ ਮੌਜੂਦ ਹੈਗਾ। ਮਾਵਾਂ ਨੂੰ ਚਾਹੀਦਾ ਹੈ ਕਿ ਬਹੁਤ ਪ੍ਰੀਕੋਸ਼ਨਸ ਲੈ ਕੇ ਆਪਣੇ ਨਵੇਂ ਜਨਮੇ ਬੱਚੇ ਨੂੰ ਆਪਣਾ ਦੂਧ ਜ਼ਰੂਰ ਦੇਣਾ ਹੈ। ਸਾਇੰਟਿਫਿਕ ਸਟੱਡੀਜ਼ ਤੋਂ ਇਹ ਪਤਾ ਚੱਲਿਆ ਹੈ ਕਿ ਕਰੋਨਾ ਦੀ ਬਿਮਾਰੀ ਮਾਂ ਦੇ ਦੂਧ ਤੋਂ ਬੱਚੇ ਨੂੰ ਟ੍ਰਾਂਸਫਰ ਨਹੀਂ ਹੁੰਦੀ। ਇਸ ਕਰਕੇ ਜੋ ਮਰਜ਼ੀ ਹੋ ਜਾਏ ਮਾਂ ਨੇ ਬੱਚੇ ਨੂੰ ਦੁੱਧ ਦੇਣਾ ਹੈ। ਲੇਕਿਨ ਜਿੱਦਾਂ ਆਪਾਂ ਜਾਣਦੇ ਹਾਂ ਕਿ ਕਰੋਨਾ ਦੀ ਬਿਮਾਰੀ ਇੱਕ ਦੂਜੇ ਤੋਂ ਟੱਚ ਤੋਂ ਫੈਲਦੀ ਹੈ, ਉਸ ਚੀਜ਼ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ।